ਇਸ ਨਾਲ ਹੀ ਆਪਾਂ ਗੱਲਬਾਤ ਕਰਨੀ ਆ ਟ੍ਰਾਂਟੋ ਦੇ ਨਗਰ ਕੀਰਤਨ ਦੀ ਨਗਰ ਕੀਰਤਨ ਪੂਰੇ ਉੱਤਰੀ ਅਮਰੀਕਾ ਦੇ ਵਿੱਚ ਖਾਲਸਾ ਛਾਜਨਾ ਦੇ ਸਬੰਧੀ ਸਜਾਏ ਜਾ ਰਹੇ ਆ ਟ੍ਰਾਂਟੋ ਦੋ ਵੱਡੇ ਨਗਰ ਕੀਰਤਨ ਹੁੰਦੇ ਆ ਇੱਕ ਤਾਂ ਡਾਊਨਟਾਊਨ ਦੇ ਵਿਖੇ ਦੂਜਾ ਮੋਰਲੇ ਹੱਥ ਤੇ ਜਿਹੜਾ ਮਾਲਟਰਨ ਵਿਖੇ ਲਿਖਿਆ ਜਾਣਾ ਆ ਟ੍ਰਾਂਟੋ ਡਾਊਨਟਾਊਨ ਨਗਰ ਕੀਰਤਨ ਮੌਕੇ ਇੱਕ Hindu ਕਟੜਪੰਥੀ ਰੌਨ ਐਨਰਜੀ ਵੱਲੋਂ ਜਿਹੜਾ ਦਖਲਅੰਦਾਜ਼ੀ ਕੀਤੀ ਗਈ ਉੱਥੇ ਪਹੁੰਚ ਕੇ ਸਿੱਖਾਂ ਨੂੰ ਸੰਗਤ ਨੂੰ ਧਮਕੀਆਂ ਦਿੱਤੀਆਂ ਗਈਆਂ ਅਜਿਹੇ ਦੋਸ਼ ਜਿਹੜੇ ਲਾਏ ਗਏ ਆ ਉਹਦੇ ਉੱਤੇ ਦੇ ਨਾਲ ਦੀ ਨਾਲ ਮਾੜੀ ਸ਼ਬਦਾਬਲੀ ਜਿਹੜੀ ਇਹ ਸੰਗਤ ਪ੍ਰਤੀ ਵਰਤੀ ਗਈ ਆ ਰੌਣ ਬੈਨਰਜੀ ਕੈਨੇਡਾ ਦੇ ਵਿੱਚ ਕੋਈ ਨਵਾਂ ਨਾਂ ਨਹੀਂ ਹੈ ਜਿੱਥੇ ਕਦੇ ਵੀ ਮੁਸਲਮ ਵਿਰੋਧੀ ਗੱਲ ਹੋਵੇ ਸਿੱਖ ਵਿਰੋਧੀ ਗੱਲ ਹੋਵੇ ਇੱਥੋਂ ਤੱਕ ਕਿ ਬਲੈਕ ਕਮਿਊਨਿਟੀ ਦੇ ਅਗੇਂਸਟ ਵੀ ਉਹਦੀਆਂ ਕਈ ਗੱਲਾਂ ਜਿਹੜੀਆਂ ਚਰਚਾ ਵਿੱਚ ਰਹੀਆਂ ਬੀਤੇ ਵਿੱਚ ਵੀ ਉਹਦੀਆਂ ਜਿਹੜੀਆਂ ਹਰਕਤਾਂ ਕਰਕੇ ਕਈ ਵਾਰੀ ਉਹਦੀ ਗ੍ਰਿਫਤਾਰੀ ਹੋਈ ਆ ਪਰ ਕਾਨੂੰਨ ਨਰਮ ਹੋਣ ਕਰਕੇ ਉਹ ਅਕਸਰ ਜਿਹੜਾ ਆ ਬਚ ਜਾਂਦਾ ਆ ਸੋ ਹੁਣ ਆ ਬਹੁਤ ਹੀ ਵੱਡਾ ਜਿਹੜਾ ਕਦਮ ਉਸ ਵੱਲੋਂ ਚੱਕਿਆ ਗਿਆ ਆ ਪਿਛਲੇ ਸਾਲ ਵੀ ਲੋ ਜਹੀ ਕਾਰਵਾਈ ਕੀਤੀ ਗਈ ਸੀ ਜਦੋਂ ਨੇ ਕਿਹਾ ਸੀਗਾ ਕਿ ਮੈਂ ਬ੍ਰੈਂਟਨ ਦੇ ਗੁਰਦੁਆਰਾ ਸਾਹਿਬਾਨ ਦੇ ਬਾਹਰ ਸਾਈਡ ਵਗ ਦੇ ਉੱਤੇ ਜਾ ਕੇ ਮੁਜ਼ਾਹਰਾ ਕਰਿਆ ਕਰਨਾ ਆ ਪਰ ਤਰੀਕ ਨਹੀਂ ਦੱਸਣੀ ਕਦੋਂ ਤੇ ਕਿੰਨੇ ਵਜੇ ਜਾਣਾ ਆ ਮੈਂ ਤੇ ਮੇਰੇ ਸਾਥੀ ਜਾਇਆ ਕਰਾਂਗੇ ਤੇ ਮੁਜ਼ਾਹਰਾ ਕਰਿਆ ਕਰਾਂਗੇ ਸੋ ਉਦੋਂ ਵੀ ਇੱਕ ਟਕਰਾਵ ਵਾਲੀ ਜਿਹੜੀ ਆ ਗੱਲ ਬਣ ਗਈ ਸੀ ਉਸ ਵੇਲੇ ਬ੍ਰੈਂਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਵੀ ਇਸ ਗੱਲ ਦੀ ਨਿਖੇਧੀ ਕੀਤੀ ਸੀਗੀ ਸੋ ਉਸ ਗੱਲ ਤੋਂ ਵੀ ਉੱਪਰ ਜਾ ਕੇ ਰੌਣ ਬੈਂਦਰਜੀ ਨੇ ਇਹ ਕਾਰਾ ਕੀਤਾ ਉਹਨੂੰ ਉਸ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਟੋਰਾਂਟੋ ਪੁਲਿਸ ਵੱਲੋਂ ਸੋ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਇੱਕ ਚੰਗੀ ਗੱਲ ਹੋਈ ਆਦਰਵਾਈਜ਼ ਇੱਕ ਟਕਰਾਅ ਵੱਧ ਸਕਦਾ ਸੀ ਤੇ ਇਹ ਇੱਕ ਹਿੰਸਕ ਲੜਾਈ ਦਾ ਰੂਪ ਵੀ ਧਾਰਨ ਕਰ ਸਕਦਾ ਸੀ ਸ਼ਾਇਦ ਇਹ ਹੀ ਕਿਤੇ ਨਾ ਕਿਤੇ ਰੌਣ ਬੈਂਦਰਜੀ ਉਹਨਾਂ ਦਾ ਮਨਸ਼ਾ ਵੀ ਆ ਕਿ ਪ੍ਰੋਵੋਕੇਸ਼ਨ ਲਗਾਤਾਰ ਜਿਹੜੀ ਆ ਕੀਤੀ ਚਾਵੇ ਤਾਂ ਕਿ फडਕ ਕੇ ਕੋਈ ਗਲਤ ਕਾਰਵਾਈ ਕਰੇ ਤੇ ਫਿਰ ਮੁੜ ਕੇ ਉਹਨਾਂ ਨੂੰ ਭੰਡਣ ਦਾ ਜਿਹੜਾ ਮੌਕਾ ਮਿਲ ਸਕੇ ਸੋ ਇਹ ਕੋ ਪਹਿਲੀ ਕਾਰਵਾਈ ਨਹੀਂ ਹੈਗੀ ਇਸ ਤੋਂ ਪਹਿਲਾਂ ਵੀ ਉਹਨੇ ਕਈ ਵਾਰੀ ਸਿੱਖਾਂ ਤੇ ਮੁਸਲਮਾਨਾਂ ਦੇ ਬਾਰੇ ਊਲ ਜਲੂਲ ਬੋਲਿਆ ਆ ਲਿਖਿਆ ਆ ਤੇ ਕਈਆਂ ਕਾਰਵਾਈਆਂ ਕੀਤੀਆਂ ਹਾਲੀ ਦੇ ਵਿੱਚ ਮੁਸਲਮਾਨਾਂ ਪ੍ਰਤੀ ਇੱਕ ਅਜਿਹੀ ਹੀ ਕਾਰਵਾਈ ਦੇ ਵਿਰੁੱਧ ਵਿੱਚ ਇੱਕ ਡੈਫਰਮੇਸ਼ਨ ਕੇਸ ਜਿਹੜਾ ਕੀਤਾ ਗਿਆ ਉਹ ਮਾਨਹਾਨੀ ਕੇਸ ਉਹ ਹਾਰ ਗਿਆ ਉਸ ਤੋਂ ਬਾਅਦ ਵਿੱਚ ਆਪਣੇ ਬਚਾ ਲਏ ਉਹਨੇ ਆਹ ਆਨ ਵੀਡੀਓ ਜਿਹੜੀ ਆਨਲਾਈਨ ਮਾਫੀ ਵੀ ਸੰਬੰਧੀ ਮੰਗੀ ਗਈ ਕੈਨੇਡਾ ਦੇ ਸਿੱਖਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕੈਨੇਡਾ ਸਰਕਾਰ ਤੋਂ ਕੋ ਇਹੋ ਜਿਹੇ ਜਿਹੜੇ ਭੜਕਾਊ ਵੰਸੜਿਆ ਉਹਨਾਂ ਨੂੰ ਕਾਬੂ ਕੀਤਾ ਜਾਵੇ ਹੁੰਦਾ ਕੀ ਹੈ ਕਿ ਜਿਹੜਾ ਪੜਕਾਊ ਅਨਸਰ ਆ ਉਹ ਮੁੜ ਕੇ ਨਰਮ ਕਾਨੂੰਨਾਂ ਦਾ ਸਹਾਰਾ ਲੈ ਕੇ ਬਚ ਜਾਂਦਾ ਤੇ ਜਿਹੜਾ ਬੰਦਾ ਕਈ ਵਾਰੀ ਢੜਕ ਜਾਂਦਾ ਆ ਉਹਦੇ ਕੋਲੋਂ ਗਲਤ ਕੰਮ ਹੋ ਜਾਂਦਾ ਤੇ ਉਹਦੇ ਉੱਤੇ ਫੇਰ ਕਾਨੂੰਨ ਸਖਤੀ ਕਰ ਦਿੰਦਾ ਆ ਇਸ ਤੋਂ ਪਹਿਲਾਂ ਕਿ ਜਿਹੜਾ ਕੁਝ ਵਾਪਰੇ ਕੈਨੇਡਾ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਹਿੱਸਾ ਲੈਣਾ ਚਾਹੀਦਾ ਆ ਗੰਭੀਰਤਾ ਦੇ ਨਾਲ ਗੌਰ ਕਰਨਾ ਚਾਹੀਦਾ ਆ ਤੇ ਜਿਹੇ ਪੜਕਾਊ ਅਨਸਰਾਂ ਨੂੰ ਨੱਥ ਪਾਉਣੀ ਚਾਹੀਦੀ ਆ ਤਾਂ ਕਿ ਕੈਨੇਡਾ ਦਾ ਮਾਹੌਲ ਜਿਹੜਾ ਆ ਉਹ ਖਰਾਬ ਨਾ ਹੋ ਸਕੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ